ਬਲਚਰ ਭਈ ਅਮਰੀਕਾ ਦੀ ਇੱਕ ਚੇਨ ਜਿਸ ਤਰ੍ਹਾਂ ਮੈਕਡੋਨਲਡ KFC ਹੈ ਇਸੇ ਤਰ੍ਹਾਂ ਉਹਨਾਂ ਦੀ ਇੱਕ ਹੋਰ ਬ੍ਰਾਂਚ ਹੈ ਦ ਚੀਜ਼ ਕੇਕ ਫੈਕਟਰੀ ਉਹਨਾਂ ਦਾ ਅੱਜ ਤੁਹਾਨੂੰ ਜੰਬਾ ਲਾਇਆ ਪਾਸਤਾ ਖਿਲਾ ਰਿਹਾ ਬੜੇ ਜੀਬੋ ਗਰੀਬ ਹੀ ਨਾਂ ਨੇ ਪਾਸਤਾ ਜੰਬਾ ਲਾਇਆ ਦੇਖੋ ਨਾ ਐਸੇ ਐਸੇ ਨਾਮ ਵੀ ਅਸੀਂ ਪਹਿਲੀ ਦਫ਼ਾ ਸੁਣੇ ਕਿ ਇਹ ਨਾਮ ਵੀ ਹੈਗੇ ਪਾਸਤੇ ਤਾਂ ਕਾਫੀ ਖਾਧੇ ਨੇ ਲੇਕਿਨ ਇਹ ਨਾਮ ਅੱਗੇ ਲਹਿਦੇ ਸੁਣਿਆ ਜੰਬਾ ਲਾਇਆ ਪਾਸਤਾ ਐਸੇ ਉਹ ਤਾਂ ਨਹੀਂ ਅਫਰੀਕਾ ਦੇ ਜੰਗਲਾਂ ਦੇ ਵਿੱਚ ਵੇਲੇ ਬਣਾਉਂਦੇ ਨੇ ਬਾਂਦਰ ਫੜ ਕੇ ਤੇ ਫਿਰ ਧਮਾਲਾ ਪਾਣੀਆਂ ਸ਼ੁਰੂ ਕਰਦੇ ਜੰਬੂ ਲਾਲਾ ਪਾਸਤਾ ਕੋ ਪੇਸ਼ ਕੀਤਾ ਜਾਏ ਸਹੀ ਹੈ ਜੰਬਾ ਲਾਇਆ ਪਾਸਤਾ ਕਿਆ ਬਾਤ ਹੈ ਜੀ ਕੀ ਖੂਬ ਡਿਜ਼ਾਈਨਿੰਗ ਕੀਤੀ ਹੈ ਦੇਖੋ ਤਰਾ ਲੱਗਦਾ ਨਾ ਸੂਰਜ ਮੁਖੀ ਦਾ ਫੁੱਲ ਹੀ ਬਣਾਤਾ ਇਹ ਹੈਗਾ ਜੰਬੂ ਲਾਇਆ ਪਾਸਤਾ ਅੱਛਾ 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 ਅਤੇ ਸਾਡਾ ਤਾਂ ਇਹ ਮਿਰਚਾਂ ਜਿਹੜੀਆਂ ਤੁਸੀਂ ਪਾਈਆਂ ਨੇ ਇਹ ਫੁੱਲ ਬਣਾਏ ਨੇ ਆਪਣੇ ਵੱਲੋਂ ਕਿਆਰੀ ਦੇ ਵਿੱਚ ਮੈਂ ਸੁਣਿਆ ਪਲੇਟ ਦੇ ਡਿਜ਼ਾਇਨ ਬਣੇ ਨੇ ਮਿਰਚਾਂ ਪਈਆਂ ਉਹ ਤੁਹਾਡਾ ਭਲੇ ਵੀ ਹੋਏ ਬਾਕੀ ਮਿਰਚਾਂ ਵਾਲਾ ਹੈਗਾ ਜੀ ਵੇਖਣ ਨੂੰ ਤਾਂ ਬੜਾ ਪਿਆਰਾ ਅਤੇ ਬੜਾ ਇਹਨੂੰ ਵੇਖ ਕੇ ਭੁੱਖ ਵਧਣਾ ਸ਼ੁਰੂ ਹੋ ਗਈ ਹੈ ਨਾ ਮੈਨੂੰ ਇਹ ਗੋਸ਼ਤ ਲੱਗ ਰਿਹਾ ਨਾ ਇਹਦੇ ਇਹ ਕਦੇ ਦੱਸੇ ਨੇ ਜਨਾਬ ਇਹ ਗਲਾਸ ਦੇ ਉੱਤੇ ਕੀ ਲਿਖਿਆ ਹੈ ਖਾਨ ਸਾਹਿਬ ਵੱਲੋਂ ਤਾਂ ਚੀਜ਼ ਕੇਕ ਫੈਕਟਰੀ ਲਿਖਿਆ ਹੈ ਗਲਾਸ ਦੇ ਉੱਤੇ ਜਿਸ ਕੰਪਨੀ ਦਾ ਹੈਗਾ ਨਾ ਅੱਛਾ ਵੇਖੋ ਨਾ ਸਾਡੇ ਜੇ ਹਾਂਡੀ ਰੋਟੀ ਕੋਕ ਬੋਤਲ ਵਗੈਰਾ ਚੱਲਦੀ ਇਹ ਉਹਨਾਂ ਦਾ ਜੂਸ ਭੇਜਿਆ ਨਾਲ ਮਿਰਚਾਂ ਕੋਈ ਬਹੁਤ ਤੇਜ਼ ਲੱਗ ਰਹੀ ਨੇ ਭਾਜੀ ਇਹ ਜਿਹੜੇ ਨੇ ਨਾ ਜੀ ਇਹ ਨਹੀਂ ਲੱਗਦਾ ਇਸ ਤਰ੍ਹਾਂ ਚਿੱਟਾ ਟਾਇਰ ਕੱਟ ਕੇ ਅਤੇ ਉਹਦੇ ਪੀਸ ਬਣਾਏ ਨੇ ਇਹ ਭਾਅ ਜੀ ਟਮਾਟਰ ਨਜ਼ਰ ਆ ਰਹੇ ਜੀ ਸ਼ਿਮਲਾ ਮਿਰਚ ਨਜ਼ਰ ਆ ਰਹੀ ਹੈ ਇਹ ਚਿਕਨ ਨਜ਼ਰ ਆ ਰਿਹਾ ਮੂੰਹ 'ਚ ਪਾਣੀ ਆ ਲੱਗ ਗਿਆ ਮਿਰਚਾਂ ਨਾਲ ਨਾਲ ਲੈ ਕੇ ਸਾਡਾ ਤਾਂ ਮਿਰਚਾਂ ਦੀ ਡਿਜ਼ਾਇਨਿੰਗ ਕੀਤੀ ਕਿ ਜਿਹਨੂੰ ਜਿੰਨੀ ਚਾਹੀਦੀ ਮਿਰਚ ਇਹਦੇ ਨਾਲ ਅੰਦਰ ਕਰਕੇ ਅਤੇ ਖਾਓ ਅੱਛਾ ਝੀਂਗਾ ਪਾਇਆ ਉਹਨਾਂ ਨੇ ਵਿੱਚ ਇਹ ਗੋਸ਼ਤ ਪਾਇਆ ਮੁਰਗੀ ਦਾ ਅਤੇ ਫਿਰ ਉਹਨਾਂ ਨੇ ਇਹ ਆਪਣਾ ਇਹ ਕੀ ਸੱਪ ਪਾਇਆ ਇਹਦੇ ਵਿੱਚ ਝੀਂਗਾ ਵੀ ਪਾਇਆ ਇਹ ਝੀਂਗਾ ਸ਼ਰੀਫ ਵੀ ਹੈਗਾ ਜੀ ਅੱਗ ਬਲਾ ਕੰਮ ਹੈਗਾ ਜੀ ਇਹ ਹੈਗਾ ਜੀ ਝੀਂਗਾ ਇਹ ਹੈਗਾ ਜੀ ਪਾਸਤਾ ਖਾਲੀ ਹੈ ਖਾਲੀ ਚਿਕਨ ਨਹੀਂ ਗੱਲ ਝੀਂਗਾ ਵੀ ਪਿਆ ਹੈ ਸਬਜ਼ ਮਿਰਚ ਪਈ ਹੈ ਸ਼ਿਮਲਾ ਮਿਰਚ ਪਈ ਹੋਈ ਹੈ ਅਤੇ ਹਰੇ ਰੰਗ ਦੀ ਸ਼ਿਮਲਾ ਮਿਰਚ ਪਈ ਹੈ ਹੈਗਾ ਤਾਂ ਕੰਮ ਮੁਸ਼ਕਿਲ ਹੀ ਹੈ ਖਾਣਾ ਲੇਕਿਨ ਅਸੀਂ ਖਾਣ ਦੀ ਕੋਸ਼ਿਸ਼ ਕਰਾਂਗੇ ਮੈਂ ਨਾ ਦਰਅਸਲ ਡਰ ਰਿਹਾ ਉਹਦੇ ਤੋਂ ਜਿਹੜੇ ਵੀ ਚੀਜ਼ ਨਹੀਂ ਖਾਣਾ ਚਾਹੁੰਦਾ ਵਿੱਚੋਂ ਕਿਉਂਕਿ ਤੁਹਾਨੂੰ ਪਤਾ ਹੀ ਮਿਰਚ ਤੋਂ ਮੁਸ਼ਕਿਲ ਹੀ ਜੇ ਥੋੜ੍ਹੀ ਜਿਹੀ ਵੀ ਚਾਹ ਗਈ ਨਾ ਉਹ ਖੁਸ਼ਬੂ ਵਾਲੀ ਕੰਮ ਮੁਸ਼ਕਿਲ ਹੋਇਆ ਅਸੀਂ ਨਾ ਦੇਸੀ ਜੇ ਲੋਕ ਸਾਨੂੰ ਕੀ ਪਤਾ ਕਿਸਾਨ ਅਸੀਂ ਲਪੇੜ ਲਪੂੜੇ ਹੱਥਾਂ ਨਾਲ ਹੀ ਖਾਣਾ ਹੁੰਦਾ ਮੈਂ ਵੇਖਿਆ ਕਿ ਪੀਜ਼ੇ 'ਤੇ ਜਾਂ ਕੋਈ ਇਹੋ ਜਿਹੀ ਨਾ ਜਿਵੇਂ ਸਾਡੇ 'ਤੇ ਮਸਾਲਾ ਧੂੜਦੇ ਨੇ ਅਤੇ ਮਿਰਚਾਂ ਧੂੜੀਆਂ ਹੋਈਆਂ ਨੇ ਹੈ ਤਾਂ ਮਜ਼ੇਦਾਰ ਸਪੈਸੀ ਜੀ ਨੇ ਜ਼ੈਕਾ ਬੜਾ ਮਜ਼ੇਦਾਰ ਹੈ ਜੀ ਜਿਸ ਤਰ੍ਹਾਂ ਕੋ ਘਰ ਦੀ ਹਾਂਡੀ ਨਹੀਂ ਪੱਕੀ ਹੁੰਦੀ ਉਸ ਤਰ੍ਹਾਂ ਦਾ ਜ਼ੈਕਾ ਬੜਾ ਮਜ਼ੇਦਾਰ ਜਿਹਾ ਸਪੈਸੀ ਹੈ ਲੇਕਿਨ ਕਾਬਲੇ ਬਰਦਾਸ਼ਤ ਹੈ ਬਹੁਤ ਮਿਰਚਾ ਸਹੀ ਕੀਤਾ ਤੁਸੀਂ ਜੂਸ ਲਿਆ ਕੇ ਰੱਖਿਆ ਸ਼ਿਮਲਾ ਮਿਰਚ ਨੇ ਨਾ
ਇਹਦੇ ਅੰਦਰ ਬੜੀ ਵਰਾਇਟੀ ਪੈਦਾ ਕਰਤੀ ਹੈ। ਸ਼ਿਮਲਾ ਮਿਰਚ ਇੱਕ ਉਹ ਮਿਰਚ ਹੈਗੀ ਜੇ ਯਕੀਨ ਜਾਣੋ ਕਿ ਜਿਸ ਵੀ ਤੁਸੀਂ ਚੀਜ਼ ਵਿੱਚ ਪਾ ਲਓ ਉਹਦੇ 'ਚ ਸ਼ਿਮਲਾ ਮਿਰਚ ਦਾ ਹੀ ਰੰਗ ਆਏਗਾ। ਵੈਸੇ ਡਿਸ਼ ਸਰਦੀਆਂ ਦੀ ਪਸੀਨਾ ਨਾਲ ਸ਼ੁਰੂ ਹੋ ਗਿਆ, ਮੱਛ ਸਪੈਸੀ ਫਿਰ ਝਿੰਗੇ ਚਿਕਨ ਫਿਰ ਪਾਸਤਾ, ਉਹਨੇ ਐਟਮ ਹੀ ਵਿੱਚ ਕਈ ਪਾ ਦਿੱਤੀਆਂ। ਚਸ਼ਮਾ ਵਗ ਰਿਹਾ ਸੀ ਅਤੇ ਜੰਗਲ ਦੇ ਕਿਨਾਰੇ ਮੈਂ ਬੈਠਾ ਅਤੇ ਇੰਝ ਲੱਗਦਾ ਮੈਨੂੰ ਮੈਂ ਮੱਛੀ ਦੇ ਸ਼ਿਕਾਰ ਕਰਨ ਲਿਆ ਕੇ ਉਹਨੂੰ ਇੰਝ ਫੜੀ ਜਾ ਰਿਹਾ। ਯਾਰ ਕੀ ਯਾਰ ਇਹ ਹੁਣ ਫੜਿਆ ਗਿਆ, ਤੁਹਾਨੂੰ ਪਤਾ ਸੀ ਕਿ ਮਿਰਚਾਂ ਲੱਗਣੀਆਂ ਜੂਸ ਨਾਲ ਆਦੀ ਚੁਲਦੀ। ਜੇ ਤੁਸੀਂ ਇਹਨੂੰ ਸਰਦੀਆਂ 'ਚ ਅਗਰ ਇਸਤੇਮਾਲ ਕਰੋ ਤਾਂ ਤੁਹਾਨੂੰ ਸਾਰਾ ਦਿਨ ਠੰਡ ਨਹੀਂ ਲੱਗੇਗੀ, ਅਤੇ ਜੇ ਗਰਮੀਆਂ 'ਚ ਇਸਤੇਮਾਲ ਕਰੋ ਤਾਂ ਫਿਰ ਸਾਰਾ ਦਿਨ ਗਰਮੀ ਤਾਂ ਲੱਗੇਗੀ। ਇਹਨਾਂ ਦੇ ਜੂਸ ਤਾਂ ਹੀ ਰੱਖਿਆ ਕਿ ਸਪੈਸੀ ਜ਼ਿਆਦਾ ਨਹੀਂ। ਬਿਸਮਿਲ੍ਲਾ ਜੂਸ ਨਾਲ ਠੰਡਾ ਨਾ ਖੱਟਾ ਖੱਟਾ ਜਿਹਾ ਗਿਆ, ਜਿਵੇਂ ਕਿ ਅਸੀਂ ਕਿਨੂੰ ਨਹੀਂ ਖਾਂਦੇ ਮਾਲਟਾ ਟਾਈਪ, ਇਹੋ ਜਿਹਾ ਜੂਸ ਬਣਿਆ। ਇਹ ਜਿਹੜਾ ਨਾ ਇਹ ਬੜਾ ਲੰਮਾ ਸੱਪ ਹੈ, ਇਹਨੂੰ ਦੇਖੋ ਬਲੇਟੋ ਹੀ ਯਾਰ ਨਿਕਲੀ ਜਾ ਰਿਹਾ। ਵੀ ਬੜੀ ਮੁਸ਼ਕਲ ਖਾਧਾ ਨਵਾਲਾ, ਲੇਕਿਨ ਜਿਹੜੀ ਇੱਕ ਚੀਜ਼ ਵਿੱਚ ਪਈ ਹੋਈ ਨਾ ਝੀਂਗਾ, ਮੈਂ ਭਾਈ ਬੜੀ ਮੁਸ਼ਕਲ ਹੈ ਬੁਰਕੀ ਨਵਾਈ, ਉਹਦੀ ਖੁਸ਼ਬੂ ਆ ਗਈ ਵਿੱਚ। ਕਿਆ ਬਾਤ ਹੈ, ਇੰਨਾ ਦਾ ਇਸ ਨਾਲ ਚੌਂਸਾ ਅੰਬ ਖਾ ਲਿਆ। ਵੈਸੇ ਪਾਸੇ ਅਸੀਂ ਬੜੀ ਦਫ਼ਾ ਖਾਧੇ ਨੇ, ਠੀਕ ਹੈ ਇਹ ਜਿਹੜਾ ਖਾ ਰਹੇ ਇਹ ਅਨੋਖਾ ਹੀ ਖਾ ਰਹੇ ਹਾਂ, ਵਿੱਚ ਚਿਕਨ ਵੀ ਨਾਲ ਵਿੱਚ ਝੀਂਗੇ ਵੀ ਪਾਏ ਨੇ, ਨਾਲ ਕੀ ਕੀ ਆਈਟਮਾਂ ਵਿੱਚ ਪਾਏ, ਨਾਲ ਵੀ ਉਹਨਾਂ ਨੇ ਜੂਸ ਦਿੱਤਾ। ਅੱਜ ਲੱਗ ਰਿਹਾ ਕਿ ਮੈਂ ਬਹੁਤ ਵੱਡੇ ਹੋਟਲ 'ਚ ਆਇਆ ਅਤੇ ਇਹ ਡਿਸ਼ ਮੇਰੇ ਅੱਗੇ ਰੱਖੀ ਹੋਈ ਹੈ, ਇਹ ਮੇਰੇ ਕੋਲ ਆਪਣਾ ਉਹਨਾਂ ਨੇ ਜੂਸ ਰੱਖਿਆ ਹੋਇਆ ਅਤੇ ਮੈਨੂੰ ਇੰਝ ਮਹਿਸੂਸ ਹੋ ਰਿਹਾ ਜੀ ਮੈਂ ਪਰ ਕੌਂਟੀਨੈਂਟਲ ਹੋਟਲ ਦੇ ਵਿੱਚ ਚੀਜ਼ ਖਾ ਰਹੇ ਹਾਂ। ਚੀਜ਼ ਕੇਕ ਫੈਕਟਰੀ ਵਾਲੇ ਮੇਰਾ ਮਸ਼ਵਰਾ ਹੈ, ਡਿਸ਼ ਤੁਹਾਡੀ ਬੜੀ ਮਜ਼ਾ ਹੈ ਕੋਈ ਸ਼ੱਕ ਨਹੀਂ ਗਾ, ਲੇਕਿਨ ਕੋਈ ਐਸੀ ਡਿਸ਼ ਵੀ ਕੱਢੋ ਕੋਈ ਜਿਹੜੀ ਮਿਰਚਾਂ ਨਹੀਂ ਉਹਦੀ ਜਗ੍ਹਾ ਮਿੱਠਾ ਹੋਵੇ, ਮਿੱਠਾ ਪਾਸਤਾ ਹੋ ਜਾਏਗਾ ਅਤੇ ਹਰ ਬੰਦਾ ਤਾਂ ਨਾ ਮਿਰਚਾਂ ਖਾਂਦਾ, ਹਰ ਬੰਦੇ ਨੂੰ ਸ਼ੌਕ ਵੀ ਨਹੀਂ ਹੈਗਾ ਮਿਰਚਾਂ ਦੇ ਖਾਣ ਦਾ, ਅਤੇ ਇਹ ਜਦੋਂ ਮਿੱਠਾ ਪਾਸਤਾ ਬਣ ਜਾਏਗਾ ਉਹਦੇ ਤਾਂ ਫਿਰ ਬੱਚੇ ਵੀ ਬੜੇ ਸ਼ੌਕ ਨੇ ਇਹਨੂੰ ਖਾਣਗੇ, ਕਿਉਂਕਿ ਬੱਚੇ ਵੀ ਤਾਂ ਹੁਣ ਖਾ ਨਹੀਂ ਸਕਦੇ ਮਿਰਚਾਂ। ਬਹੁਤ ਮਜ਼ੇਦਾਰ ਸੌਦਾ ਹੈਗਾ ਜੀ, ਯਕੀਨ ਜਾਣੋ ਬੜਾ ਤੇਜ਼ ਮਿਰਚ ਵਾਲਾ ਅਤੇ ਬੜਾ ਹੀ ਮਜ਼ੇਦਾਰ ਕਿਸਮ ਦਾ ਕੰਮ ਹੈਗਾ। ਵੈਸੇ ਜੇ ਚੀਜ਼ ਕੇਕ ਫੈਕਟਰੀ ਕਿਆ ਮਜ਼ੇ, ਜੇ ਨਾ ਫੈਕਟਰੀ ਕਿਹਾ ਹੈ ਰੈਸਟੋਰੈਂਟ, ਕਿਆ ਮਜ਼ੇਦਾਰ ਇਹ ਚੀਜ਼ਾਂ ਬਣਾਈਆਂ ਜਾਂਦੇ ਨੇ, ਕਿਆ ਮੈਂ ਕਹਿੰਦਾ ਕਿਆ ਬਾਤ ਹੈ, ਲੋਕ ਇਹਦੇ ਵਾਸਤੇ ਜਾ ਕੇ ਉੱਥੇ ਸ਼ੌਕ ਨਾਲ ਖਾਂਦੇ ਨੇ, ਕਦੇ ਅਸੀਂ ਵੀ ਆਏ ਭਾਈ ਆ ਕੇ ਖਾਵਾਂਗੇ ਤੁਹਾਡੇ ਕੋਲ। ਅਤੇ ਲਿਆਦਾ ਬਹੁਤ ਅੱਛੀ ਡਿਸ਼ ਬਣੀ ਹੈ, ਹਲੇ ਹੋਰੇ ਵੀ ਨਹੀਂ ਹੈਗੀ, ਥੋੜ੍ਹੀ ਥੋੜ੍ਹੀ ਆਰਾਮ ਆਰਾਮ ਨਾਲ ਬਹਿ ਕੇ ਖਾਣੀ ਪੈਣੀ, ਬੜੀ ਮਿਹਨਤ ਕਰਨੀ ਪੈਣੀ ਉਹਨੂੰ ਖਾਣ ਲੱਗਿਆਂ, ਫਿਰ ਹੀ ਕਿਤੇ ਆ ਕੇ ਖਤਮ ਹੋਣੀ ਹੈ। ਉਨੀ ਦੇਰ ਨੂੰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਇਕਨ ਦਬਾ ਦਿਓ ਅਤੇ ਦੋਸਤਾਂ ਨੂੰ ਵੀ ਸ਼ੇਅਰ ਕਰਿਆ ਕਰੋ ਅਤੇ ਆਪਣੀ ਸਿਹਤ ਦਾ ਵੀ ਖਿਆਲ ਰੱਖਣਾ ਅਤੇ ਇਨਸ਼ਾਅੱਲਾ ਤਾਲਾ ਦੁਬਾਰਾ ਮੁਲਾਕਾਤ ਹੋਏਗੀ, ਮਿਰਚਾਂ ਥੋੜ੍ਹੀਆਂ ਖਾਇਆ ਕਰੋ ਅਤੇ ਫਿਰ ਤੁਹਾਨੂੰ ਦੁਬਾਰਾ ਮਿਲਾਂਗੇ ਅਸੀਂ, ਇਜਾਜ਼ਤ ਦਿਓ ਸਾਨੂੰ, ਅੱਲਾ ਹਾਫਿਜ਼।